मेरा पुत बस से जाता है, 200 रुपया लिया सारा खर्चा वर्चा करता है, टाइम पास कर दे। हूँ अं बहुत औखे हैं इस वक्त, 9-7 चौल कढ़ दी, चौल कढ़ कढ़ के साड़ियाँ अखा भी खराब हो गई। साडा बच्चा आना चाहिए, किस तरह भी साडा बच्चा लिया, किस तरह भी लिया। पंजाब नूं अतवादी अग विच झोकण दा यतन कर रहे सिख फॉर जस्टिस दे गुरपतवंत सिंह पन्नू ने पंजाब दे मुंडियां नूं अपने पिछे लगा के कई परिवारां नूं बर्बाद करके रख दिता है। विदेश बैठे पन्नू वल्लों इन्हां नौजवानां कोलों गैर कानूनी काम करवाए जांदे ने, जिस तों बाद उह नौजवान पुलिस दे हत्थे चढ़ जांदे ने अते पिछों उन्हां दा परिवार रोजी रोटी तों मुहताज हो जांदा है। अमृतसर दे सुल्तानविंड खेतर विच रहण वाले सिख नौजवान मलकीत सिंह नाल भी अजिहा कुछ होया। पन्नू ने लालच दे के इस नौजवान नूं गलत राहे पा दिता, जिस तों बाद पुलिस ने उस नूं 2017 विच गिरफ्तार करके जेल भेज दिता, पर पिछों उस दे परिवार की हालत काफ़ी तरसयोग बनी हुई है। कोई इस परिवार की सार लैण वाला नहीं। इस संबंधी गलबात करदिआं मलकीत सिंह की बुजुर्ग माँ ने भरे मन नाल दस्सिया कि चंगा भला उन्हां दा बेटा बस चलाउण दा काम करदा सी, पर पता नहीं कदों वह गुरपतवंत पन्नू दे जाल विच फस गया, जिसने उस कोलों गलत काम करवाए। इस मगरों पुलिस ने उसनू बस विचों ही गिरफ्तार कर लिया सी। बुजुर्ग माँ ने दस्सिया कि बेटे दे जाण मगरों घर दा गुजारा बहुत औखा हो रहा है। ਕਿ ਮੁੰਡੇ ਦੇ ਨਾਲ ਲਾਲਚ ਦੇ ਵਿੱਚ ਉਹਨੂੰ ਬਾਹਰੋਂ ਪੰਨੂ ਪੈਸੇ ਆਉਂਦੇ ਸੀ, ਉਹ ਖਾਂਦਾ ਪੀਂਦਾ ਸੀ ਅਤੇ ਉਹਨੇ ਲਾਲਚ ਦੇ ਕੇ ਅਤੇ ਹੋਰ ਮੁੰਡੇ ਵੀ ਬੜੇ ਫੜਾਏ ਅਤੇ ਇਹਨੂੰ ਵੀ ਬੱਸ ਤੋਂ ਉੱਤੋਂ ਲਵਾ ਦਿੱਤਾ ਮੇਰੇ ਪੁੱਤ ਨੂੰ। ਮੇਰਾ ਪੁੱਤ ਬੱਸ 'ਤੇ ਜਾਂਦਾ ਸੀ, 200 ਰੁਪਈਆ ਲਿਆਉਂਦਾ ਸੀ, ਉਹਦੇ ਵਿੱਚ ਸਾਰਾ ਖਰਚਾ ਵਰਚਾ ਕਰਦਾ ਸੀ, ਟਾਈਮ ਪਾਸ ਕਰਦੇ। ਅਤੇ ਹੁਣ ਅਸੀਂ ਬਹੁਤ ਔਖੇ ਹਾਂ ਇਸ ਵਕਤ, 9-7 ਚੌਲ ਕੱਢ ਦੀਆਂ, ਚੌਲ ਕੱਢ ਕੱਢ ਕੇ ਵੀ ਸਾਡੀਆਂ ਅੱਖਾਂ ਖਰਾਬ ਹੋ ਗਈਆਂ। ਸਾਡਾ ਬੱਚਾ ਆਉਣਾ ਚਾਹੀਦਾ, ਕਿਸ ਤਰ੍ਹਾਂ ਵੀ ਸਾਡਾ ਬੱਚਾ ਲਿਆ, ਜਿਸ ਤਰ੍ਹਾਂ ਵੀ ਲਿਆਂਦਾ। ਅਤੇ ਲਾਲਚ ਦੇ ਵਿੱਚ ਆ ਕੇ, ਲਾਲਚ ਦੇ ਵਿੱਚ ਆ ਕੇ ਲਾਲਚ ਦੇ ਦਿੱਤਾ ਮੇਰੇ ਬੱਚੇ ਨੂੰ ਘਰੇ, ਲਾਲਚ ਹੀ ਦਿੱਤਾ ਹੋਊਗਾ। ਸਾਨੂੰ ਤਾਂ ਪਤਾ ਹੀ ਨਹੀਂ ਲੱਗਣ ਦਿੱਤਾ, ਸਾਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਲੈ ਹੀ ਗਏ, ਸਾਨੂੰ ਤਾਂ ਸ਼ਾਮਾਂ ਨੂੰ ਪਤਾ ਲੱਗਾ ਵੀ ਬੱਚਾ ਲੈ ਗਏ। ਅਤੇ ਨਾਲ ਉੱਧਰੋਂ ਧਮਕੀ ਦਿੱਤੀ ਗਈ ਸੀ, ਧਮਕੀ ਅਗਰ ਉਹ ਨਾ ਕਰੇਗਾ ਤਾਂ ਫਿਰ? ਹਾਂ, ਧਮਕੀਆਂ ਦਿੱਤੀਆਂ, ਉਹ ਮੁੰਡੇ ਨੇ ਧਮਕੀਆਂ ਦਿੱਤੀਆਂ ਵੀ ਜੇ ਨਾ ਕਰੋਗੇ ਤਾਂ ਫਿਰ ਤੁਹਾਨੂੰ ਵੀ ਇਸ ਤਰ੍ਹਾਂ ਕਰਾਂਗੇ। ਪੰਨੂ ਨੇ ਵੀ ਧਮਕੀਆਂ ਦਿੱਤੀਆਂ ਬੱਚਿਆਂ ਨੂੰ। ਬਹੁਤ ਮਾੜੇ ਹਾਲਾਤ ਆ, ਬੜੇ ਮਾੜੇ ਆ। ਕੋਈ ਨਹੀਂ ਪੁੱਛਦਾ, ਨਾ ਕੋਈ ਰਿਸ਼ਤੇਦਾਰ, ਨਾ ਕੋਈ ਭੈਣ, ਨਾ ਭਰਾ, ਆਂਢ ਗੁਆਂਢ ਨਹੀਂ ਕੋਈ ਸਾਡੇ ਲਾਗੇ ਲੱਗਦਾ। ਵਿਆਹ 15 ਸਾਲ ਹੋ ਗਏ, 3 ਬੱਚੇ ਆ, ਗੁੱਡੀ ਆ 14 ਸਾਲਾਂ ਦੀ ਗੁੱਡੀ ਆ, ਅਤੇ 11 ਦਾ ਕਾਕਾ। ਪੜ੍ਹਦੇ ਬੱਚੇ? ਹਾਂਜੀ ਪੜ੍ਹਦੇ। ਇਸੇ ਤਰ੍ਹਾਂ ਮਲਕੀਤ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਦੱਸਿਆ ਕਿ ਪੰਨੂ ਨੇ ਉਸਦੇ ਪਤੀ ਨੂੰ ਗੁੰਮਰਾਹ ਕਰਕੇ ਉਸ ਕੋਲੋਂ ਗਲਤ ਕੰਮ ਕਰਵਾਏ, ਜਿਸ ਦੇ ਚਲਦਿਆਂ ਉਹ ਪਿਛਲੇ 5 ਸਾਲਾਂ ਤੋਂ ਲੁਧਿਆਣੇ ਦੀ ਜੇਲ੍ਹ ਵਿੱਚ ਬੰਦ ਹੈ। ਹੁਣ ਉਹਨਾਂ ਦੇ ਘਰ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਉਹਨਾਂ ਨੂੰ ਸ਼ਾਲ ਦੇ ਧਾਗੇ ਬੁਣ ਕੇ ਆਪਣਾ ਜੀਵਨ ਦੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਪਤਾ ਨਹੀਂ ਪੰਨੂ ਨਾਲ ਕੋਈ ਮੁੰਡਾ ਸੀ ਕੋਈ, ਮਤਲਬ ਕਿ ਇਹਨਾਂ ਦੇ ਨਾਲ ਹੀ ਕੋਈ, ਅਤੇ ਉਹਨਾਂ ਨੂੰ ਮਤਲਬ ਪਤਾ ਨਹੀਂ ਹੁਣ ਕੋਈ ਲਾਲਚ ਦਿੱਤਾ ਕਿ ਜਾਏ ਕੀ ਕੀਤਾ ਅਤੇ ਕੀ ਨਹੀਂ, ਬਾਹਰੋਂ ਬਾਹਰ ਜਗਾ ਤਾ ਇਹਨੂੰ, ਹਾਂਜੀ ਬੱਸ ਤੋਂ ਹੀ ਲਵਾ ਤਾ, ਅਤੇ ਬੱਸ ਚਲਾਉਂਦੇ ਸੀ, 200 ਰੁਪਈਆ ਲੈਂਦੇ ਸੀ ਬੱਸ ਚਲਾ, ਬੱਸ ਉੱਥੋਂ ਹੀ ਚੁਕਾਇਆ। ਅਤੇ ਹੁਣ ਘਰ ਦੇ ਹਾਲਾਤ ਕੀ ਆ, ਪਹਿਲਾਂ ਕੀ ਸੀ ਅਤੇ ਹੁਣ ਕੀ? ਪਹਿਲਾਂ ਠੀਕ ਸੀ, ਪਹਿਲਾਂ ਚਲੋ ਇੱਥੇ ਹੀ ਤਾਂ ਲਿਆਉਂਦੇ ਹੀ ਸਾਨੂੰ ਦਿੰਦੇ ਸੀ, ਹੁਣ ਤਾਂ ਬਹੁਤ ਔਖਾ ਹੋਣਾ, ਚੌਲ ਬਣਾ ਬਣਾ ਕੇ ਟਾਈਮ ਪਾਸ ਕਰਦੇ ਆਪਣਾ, ਕਿ ਬੱਚੇ ਪੜ੍ਹਾਉਣ ਡੇ, ਘਰ ਦਾ ਚਲਾਉਣ ਡੇ, ਹੁਣ ਤਾਂ ਬਹੁਤ ਔਖਾ ਵਾ। ਦੱਸ ਦਈਏ ਕਿ ਵਿਦੇਸ਼ ਵਿੱਚ ਬੈਠਾ ਗੁਰਪਤਵੰਤ ਸਿੰਘ ਪੰਨੂ ਅਕਸਰ ਹੀ ਭੜਕਾਊ ਬਿਆਨਬਾਜ਼ੀਆਂ ਕਰਦਾ ਰਹਿੰਦਾ ਹੈ ਅਤੇ ਉਹ ਕਈ ਵਾਰ ਦੇਸ਼ ਵਿਰੋਧੀ ਕੰਮ ਕਰਵਾਉਣ ਲਈ ਨੌਜਵਾਨਾਂ ਨੂੰ ਸ਼ਰੇਆਮ ਪੈਸਿਆਂ ਦੀ ਪੇਸ਼ਕਸ਼ ਕਰ ਚੁੱਕਿਆ ਹੈ। ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ, ਹਮਦਰਦ TV।